ਇੱਕ ਸਮਾਂ ਸੀ ਜਦੋਂ ਜਨਰਲ ਗੁਰਚਰਨ ਸਿੰਘ ਕੌੜਾ ਸਾਹਿਬ ਜਦੋਂ ਦਬਕਾ ਮਾਰਦੇ ਸੀ, ਬਲਕ ਮਾਰਦੇ ਸੀ, ਉਦੋਂ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਗ੍ਰਹਿ ਮੰਤਰੀ ਉਸ ਸਮੇਂ ਹਿੱਲ ਜਾਂਦਾ ਸੀ, ਸੱਦ ਲੈਂਦਾ ਸੀ ਕੌੜਾ ਸਾਹਿਬ ਨੂੰ, ਆਓ ਬੈਠ ਕੇ ਗੱਲ ਕਰੀਏ, ਕੀ ਤੁਹਾਡੇ ਮਸਲੇ ਨੇ, ਤੁਸੀਂ ਜਾਣਦੇ ਹੋ ਸਾਰਾ, ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਲੰਬਾ ਸਮਾਂ ਰਹੇ ਹੋ, ਕੌੜਾ ਸਾਹਿਬ ਨੇ ਕੰਮ ਕੀਤਾ ਜਵਾਨੀ ਤੋਂ ਲੈ ਕੇ। ਲੇਕਿਨ ਅੱਜ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਈ ਪੁੱਛਦਾ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੋਈ ਹੈਸੀਅਤ ਹੀ ਨਹੀਂ ਸਮਝਦਾ। ਇਹ ਸਾਰੀਆਂ ਗੱਲਾਂ ਤੇ ਅੱਜ ਦਾ ਜਿਹੜਾ ਇਹ ਸੈਮੀਨਾਰ ਹੋਇਆ, ਤੇ ਕਿਉਂ ਕਮਜ਼ੋਰ ਹੋਏ, ਗਲਤੀ ਤਾਂ ਆਪਣੀ ਹੈ, ਚਲੋ ਆਪਾਂ ਕਿਹਦੀ ਗਲਤੀ ਕਰੀਏ ਕਹੀਏ, ਕਦੀ ਆਪਣੀ ਗਲਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਹੀ ਇਲੈਕਟਿਡ ਬਾਡੀ ਹੈ ਦੁਨੀਆਂ 'ਚ, ਧਾਰਮਿਕ ਬਾਡੀ, ਜਿੱਥੇ ਵੋਟਾਂ ਪੈਂਦੀਆਂ ਨੇ, ਵੈਟੀਕਨ 'ਚ ਵੋਟਾਂ ਨਹੀਂ ਪੈਂਦੀਆਂ, ਮੱਕੇ 'ਚ ਵੋਟਾਂ ਨਹੀਂ ਪੈਂਦੀਆਂ, ਕੋਈ ਬਹੁਤੀ ਜੈਨੀ ਕੋਈ ਵੋਟਾਂ ਨਹੀਂ ਪਾਉਂਦੇ, ਲੇਕਿਨ ਸਿੱਖ ਪੰਥ ਵੋਟਾਂ ਪਾਉਂਦਾ ਹੈ, ਅਤੇ ਉਹਨੂੰ ਵੀ ਆਪਾਂ ਇੱਕ ਤਰ੍ਹਾਂ ਦੀ ਆਪਣੀ ਨਿੱਜੀ ਜਿਹੜੀ ਜਾਇਦਾਦ ਸਮਝ ਲਈ, ਉਹਦੇ ਵਿੱਚ ਵੀ ਆਪਾਂ ਦਖਲ ਦੇਣ ਲੱਗ ਪਏ, ਅਤੇ ਸੰਗਤਾਂ ਦਾ ਉਸ ਜਿਹੜੀ ਸਿੱਖ ਪਾਰਲੀਮੈਂਟ ਤੋਂ ਵੀ ਵਿਸ਼ਵਾਸ ਉੱਠ ਗਿਆ। ਅਤੇ ਫਿਰ ਭਾਈ ਹੁਣ ਕਸੂਰ ਕਿਹਦਾ, ਕਸੂਰ ਤਾਂ ਸਾਡਾ, ਜੇ ਬੀਬੀ ਜਗੀਰ ਕੌਰ ਜੀ ਪ੍ਰਧਾਨ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਅਤੇ ਇਹਨਾਂ ਨੂੰ ਲਾਹ ਦਿੱਤਾ ਗਿਆ, ਪਰ ਆਪਣੀ ਲੀਡਰਸ਼ਿਪ ਨੇ, ਜਿਹੜਾ ਖਾਲਸਾ ਪੰਥ ਦਾ ਸੁਧਾਰ ਸੀ, ਪੰਜ ਪ੍ਰਧਾਨੀ ਦਾ ਸਾਂਝੇ ਤੌਰ 'ਤੇ ਫੈਸਲੇ ਕਰਨ ਦਾ, ਅਤੇ ਉਹ ਆਪਾਂ ਛੱਡ ਲਿਆ। ਆਪਾਂ ਸਾਰੀ ਜਿਹੜੀ ਆਪਣੀ ਰਾਜਨੀਤੀ ਦੀ ਰਣਨੀਤੀ ਸੀ, ਉਹ ਆਪਾਂ ਕਿੱਥੇ ਲੈ ਕੇ ਖੜੀ ਕਰ ਲਈ, ਨਿੱਜ 'ਤੇ, ਪਰਸਨੈਲਿਟੀ 'ਤੇ, ਇੱਕ ਵਿਅਕਤੀ 'ਤੇ, ਇੱਕ ਪਰਿਵਾਰ 'ਤੇ, ਪਰਿਵਾਰਵਾਦ ਹਾਵੀ ਹੋ ਗਿਆ, ਸਾਰੀਆਂ ਸੰਸਥਾਵਾਂ 'ਤੇ ਪਰਿਵਾਰਵਾਦ ਹਾਵੀ ਹੋ ਗਿਆ। ਮੇਰਾ ਦਿਲ ਕਰਦਾ ਇਹ ਗੱਲ ਸਾਂਝੀ ਕਰਨ ਨੂੰ, ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਦਾ ਜੇ ਰਿਸੋਰਸਿਸ ਨੇ, ਜਿਹੜੀ ਉਹਨਾਂ ਦੀ ਜਾਇਦਾਦ ਆ, ਜਿਹੜਾ ਆਪਾਂ ਚੜਾਵਾ ਚਾਹੁੰਦੇ ਹਾਂ, ਕੋਈ 5 ਰੁਪਈਏ ਟੇਕਦਾ, ਕੋਈ 10 ਟੇਕਦਾ, ਕੋਈ 100 ਟੇਕਦਾ, ਕੋਈ 500 1000 ਲੱਖ 2 ਲੱਖ 5 ਲੱਖ ਦਿੰਦੇ ਨੇ ਸਾਰੇ ਆਪਣੀ ਸਮਰੱਥਾ ਦੇ ਮੁਤਾਬਕ, ਅਤੇ ਕਿਹਨੂੰ ਅਧਿਕਾਰ ਆ ਉਹਨਾਂ ਫੰਡਾਂ ਦੀ ਦੁਰਵਰਤੋਂ ਕਰਨ ਦਾ, ਕਿਹਨੂੰ ਅਧਿਕਾਰ ਆ। ਬੀਬੀ ਜਗੀਰ ਕੌਰ ਜੀ ਜਾਣਦੇ ਨੇ ਕਿ 70-70 ਕਰੋੜ ਦੀਆਂ ਐਫਡੀਆਂ ਬਣਾ ਕੇ ਨਿੱਜੀ ਹਿੱਤਾਂ ਵਾਸਤੇ ਵਰਤਣ ਲਈ, ਸਾਨੂੰ ਲੋਕ ਕਹਿੰਦੇ ਸੀਗੇ ਇਹ ਤਾਂ ਤੁਹਾਡੇ ਬੰਦੇ ਗੋਲਕ ਚੋਰ ਨੇ, ਸਾਨੂੰ ਦੁੱਖ ਲੱਗਦਾ ਸੀ, ਅਸੀਂ ਗੋਲਕ ਚੋਰ ਨਹੀਂ, ਅਸੀਂ ਤਾਂ ਸਤਿਕਾਰ ਕਰਦੇ ਹਾਂ ਗੁਰੂ ਘਰਾਂ ਦਾ, ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹਾਂ, ਹਰ ਵੇਲੇ ਪੈ ਪੀਤੇ ਹਾਂ ਗੁਰੂ ਸਾਹਿਬ ਦੇ ਫਲਸਫੇ ਤੋਂ। ਪਰ ਜਿਹਨਾਂ ਲੋਕਾਂ ਨੇ ਅੱਜ ਗੋਲਕ ਚੋਰ ਦਾ ਵੀ ਆਪਣੇ 'ਤੇ ਧੱਬਾ ਲਵਾ ਲਿਆ, ਤਾਂ ਫਿਰ ਭਾਈ ਸਾਨੂੰ ਪੰਥ ਕਿਵੇਂ ਮਾਫ਼ ਕਰੂਗਾ, ਦੱਸੋ, ਨਹੀਂ ਮਾਫ਼ ਕਰਦਾ ਪੰਥ।